ਵੈਦ ਸਾਹਿਬ ਲੋਕਾਂ ਦੇ ਇਸ਼ੂਜ਼ ਚੱਕਦੇ ਨੇ, ਉਹਨਾਂ ਵਾਸਤੇ ਵੈਲਕਮ ਆ, ਉਹਨਾਂ ਨੂੰ ਜ਼ਰੂਰ ਚੱਕਣੇ ਚਾਹੀਦੇ ਆ। ਐਡਮਿਨਿਸਟ੍ਰੇਸ਼ਨ 'ਤੇ ਚੈੱਕ ਰਹਿਣਾ ਚਾਹੀਦਾ, ਹਰੇਕ ਨੂੰ ਰੱਖਣਾ ਚਾਹੀਦਾ, ਆਮ ਆਦਮੀ ਨੂੰ ਵੀ ਰੱਖਣਾ ਚਾਹੀਦਾ। ਪਰ ਇਸ਼ੂ ਉਸ ਦਿਨ ਹੋਇਆ, ਮੈਂ ਤਾਂ ਆਪ ਕਹਿੰਦਾ ਵੀ ਉਹਨਾਂ ਨੂੰ ਹਰ ਇਸ਼ੂ ਫੇਸ ਕਰਨਾ ਚਾਹੀਦਾ, ਮੈਂ ਹੱਕ ਉਹਨਾਂ ਦੇ ਨਾਲ ਆ ਇਸ ਗੱਲ। ਦੇਖੋ, ਇੱਕ ਚੀਜ਼ ਤਾਂ ਪੱਕੀ ਹੈ ਵੀ ਜਿਹੜਾ ਪਬਲਿਕ ਰੀਪ੍ਰਜੈਂਟੇਟਿਵ ਹੈ, ਉਹਨਾਂ ਨੇ ਲੋਕਾਂ ਦੇ ਇਸ਼ੂਜ਼ ਨੂੰ ਲੈ ਕੇ ਐਡਮਿਨਿਸਟ੍ਰੇਸ਼ਨ ਕੋਲ ਜਾਣਾ ਹੁੰਦਾ ਅਤੇ ਲੋਕਾਂ ਦੇ ਇਸ਼ੂਜ਼ ਰੇਜ਼ ਕਰਨੇ ਹੁੰਦੇ ਆ। ਸਿਰਫ ਪ੍ਰੋਬਲਮ ਇਹ ਆ ਜਾਂਦੀ ਹੈ ਵੀ ਉਹਦਾ ਤਰੀਕਾ ਕਿਸ ਤਰੀਕੇ ਦਾ ਹੋਣਾ ਚਾਹੀਦਾ। ਹਰੇਕ ਬੰਦੇ ਦੀ, ਚਾਹੇ ਕੋਈ ਪਬਲਿਕ ਰੀਪ੍ਰਜੈਂਟੇਟਿਵ ਹੈ, ਚਾਹੇ MLA ਹੈ, ਚਾਹੇ ਮੰਤਰੀ ਹੈ, ਚੀਫ ਮਿਨਿਸਟਰ ਹੈ, ਜਾਂ ਦੂਸਰੀ ਸਾਈਡ 'ਤੇ ਬੈਠੇ ਅਧਿਕਾਰੀ ਨੇ, ਉਹਨਾਂ ਸਾਰਿਆਂ ਦੀ ਹੱਦਾਂ ਹੁੰਦੀਆਂ, ਹੱਦ ਕਦੀ ਪਾਰ ਨਹੀਂ ਹੋਣੀ ਚਾਹੀਦੀ। ਬੈਂਸ ਸਾਹਿਬ ਲੋਕਾਂ ਦੇ ਇਸ਼ੂਜ਼ ਚੱਕਦੇ ਨੇ, ਉਹਨਾਂ ਵਾਸਤੇ ਵੈਲਕਮ ਆ, ਉਹਨਾਂ ਨੂੰ ਜ਼ਰੂਰ ਚੱਕਣੇ ਚਾਹੀਦੇ ਆ। ਐਡਮਿਨਿਸਟ੍ਰੇਸ਼ਨ 'ਤੇ ਚੈੱਕ ਰਹਿਣਾ ਚਾਹੀਦਾ, ਹਰੇਕ ਨੂੰ ਰੱਖਣਾ ਚਾਹੀਦਾ, ਆਮ ਆਦਮੀ ਨੂੰ ਵੀ ਰੱਖਣਾ ਚਾਹੀਦਾ। ਪਰ ਇੱਕ ਸ਼ਾਲੀਨਤਾ ਦੇ ਦਾਇਰੇ, ਉਹ ਸਾਰਾ ਕੁਛ ਪੋਲੀਟੀਸਾਈਜ਼ ਕਰ ਲਓ, ਕਿਸ ਤਰੀਕੇ ਕਿਸ ਇਸ਼ੂ ਨੂੰ ਕਿਸ ਕਿੱਧਰਲੇ ਪਾਸੇ ਲੈ ਜਾਓ, ਉਹ ਅਲੱਗ ਚੀਜ਼ ਹੈ। ਪਰ ਜਿਹੜਾ ਇਸ਼ੂ ਉਸ ਦਿਨ ਹੋਇਆ, ਮੈਂ ਤਾਂ ਆਪ ਕਹਿੰਦਾ ਵੀ ਉਹਨਾਂ ਨੂੰ ਹਰ ਇਸ਼ੂ ਰੇਜ਼ ਕਰਨਾ ਚਾਹੀਦਾ, ਮੈਂ ਹੱਕ ਉਹਨਾਂ ਦੇ ਨਾਲ ਆ ਇਸ ਗੱਲ ਦੇ। ਜਮਹੂਰੀਅਤ ਦੇ ਵਿੱਚ ਜੇ ਓਪੋਜੀਸ਼ਨ ਦੀ ਆਵਾਜ਼ ਅਸੀਂ ਦਬਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਜਮਹੂਰੀਅਤ ਖਤਮ ਕਰਨ ਵਾਲੇ ਪਾਸੇ ਜਾਵਾਂਗੇ, ਜਿਹੜਾ ਹੋਣਾ ਨਹੀਂ ਚਾਹੀਦਾ ਇੱਕ ਹੈਲਦੀ ਡੈਮੋਕ੍ਰੇਸੀ ਵਾਸਤੇ। ਪਰ ਉੱਥੇ ਜਿਹੜਾ ਓਪੋਜੀਸ਼ਨ 'ਚ ਰਹਿੰਦਾ ਪਬਲਿਕ ਦਾ ਨੁਮਾਇੰਦਾ, ਉਹਨੂੰ ਆਪਣੀਆਂ ਹੱਦਾਂ ਵੀ ਤੈਅ ਕਰਨੀਆਂ ਪੈਣਗੀਆਂ। ਸਰ, ਓਵਰਆਲ ਤੁਹਾਨੂੰ ਕੀ ਲੱਗਦਾ ਕਿ ਇਹ ਚੀਜ਼ ਮਤਲਬ ਜਿਸਲੇ ਵਾਕਿਆ ਹੋਇਆ ਸਹੀ ਸੀ ਗਲਤ ਸੀ? ਮੈਂ ਉੱਥੇ ਮੌਜੂਦ ਨਹੀਂ ਸੀਗੀ, ਮੈਂ ਕਲਿਪਸ ਨਹੀਂ ਦੇਖੇ, ਲੋਕਾਂ ਤੋਂ ਸੁਣਿਆ। ਪਰ ਜੇ ਕਿਸੇ ਨੇ ਵੀ ਆਪਣੀ ਹੱਦ ਟੱਪੀ ਹੈ, ਉਹ ਨਿੰਦਣੀ ਹੈ।